ਹੈਰਾਨ ਸੀਗੀ ਉਹਨਾਂ ਦੀਆਂ ਕਨਵਰਸੇਸ਼ਨਸ ਦੇਖ ਕੇ। ਕਹਿ ਰਹੇ ਨੇ ਵੀ ਇਹ ਜਿਹੜੇ ਇੱਥੇ ਤਾਂ ਦੇ ਬੈਠੇ, ਇਹਨਾਂ ਦਾ ਚਾਈਨਾ ਦੇ ਨਾਲ ਸੰਬੰਧ ਹੈ ਜੀ, ਇਹਨਾਂ ਦਾ ISI ਪਾਕਿਸਤਾਨ ਦੇ ਨਾਲ ਸੰਬੰਧ ਹੈ, ਇਹਨਾਂ ਨੂੰ ਉੱਥੋਂ ਪੈਸਾ ਆ ਰਿਹਾ। ਸਾਨੂੰ ਸਪੋਰਟ ਕਰਤਾ ਇੱਥੇ, ਉਹਨਾਂ ਨੂੰ ਕਹਿ ਰਹੇ ਨੇ ਵੀ ਉਹਨੂੰ ਵੀ ISI ਨੇ ਪਾਕਿਸਤਾਨ ਤੋਂ ਪੈਸਾ ਦਿੱਤਾ ਹੈ। ਬਾਬੇ ਨਾਨਕ ਜੀ ਨੂੰ ਵੀ ਕਾਮਰੇਡ ਕਿਹਾ ਜਾਂਦਾ ਸੀਗਾ। ਏਕਮ ਕਾਰ ਸਤਨਾਮ ਕਰਤਾ ਪੁਰਖ। ਮੈਂ ਆਪਣਾ ਕੰਮ ਨਹੀਂ ਦੇਖਿਆ, ਮੈਨੂੰ ਕੰਮ ਜ਼ਿਆਦਾ ਮੈਟਰ ਨਹੀਂ ਕਰਦਾ ਸੀਗਾ। ਮੈਨੂੰ ਮੈਟਰ ਕਰਦਾ ਸੀਗਾ ਮੇਰੇ ਪਿਓ ਦੀ ਜਿਹੜੀ ਲੋਕ ਲੜਾਈ ਉਹਨੇ ਛੇੜੀ ਸੀਗੀ। ਮੈਨੂੰ ਲੱਗਦਾ ਸੀ ਕਿ ਅੱਜ ਮੇਰਾ ਉਹ ਧਰਮ ਆ, ਮੈਂ ਇੱਥੇ ਖਲੋ ਕੇ ਆਪਣੇ ਲੋਕਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਾਂ, ਆਪਣੇ ਕਿਸਾਨਾਂ ਵਾਸਤੇ। ਕਿਉਂਕਿ ਮੈਨੂੰ ਕਿਹਾ, ਮੈਂ ਕਿਹਾ ਚਾਈਨਾ ਮੁਰਦਾਬਾਦ, ਸਾਨੂੰ ਕੀ ਲੈਣਾ ਦੇਣਾ ਚਾਈਨਾ ਦੇ ਨਾਲ। ਮੈਨੂੰ ਮੈਂ ਕਿਹਾ ਭਾਰਤ ਜ਼ਿੰਦਾਬਾਦ, ਅਸੀਂ ਇੰਡੀਅਨ ਹਾਂ, ਅਸੀਂ ਇੱਥੇ ਭਾਰਤ ਦੇ ਵਿੱਚ। ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਸਟੇਜ ਦੇ ਉੱਤੇ ਬੋਲਣ ਦਾ, ਬਟ ਅੰਦੋਲਨ ਦੇ ਦੌਰਾਨ ਹੀ ਸ਼ੁਰੂ ਕੀਤਾ ਸੀਗਾ ਔਰ ਸੱਚ ਬੋਲਣਾ ਸ਼ੁਰੂ ਕੀਤਾ ਸੀਗਾ। ਜਿਵੇਂ ਮੈਂ ਸ਼ੁਰੂ ਤੋਂ ਹੀ ਸਿੱਖਿਆ ਹੈ ਸੱਚ ਬੋਲਣਾ ਔਰ ਹਮੇਸ਼ਾ ਸੱਚ ਦੀ ਲੜਾਈ ਕਰਨਾ, ਕਿਉਂਕਿ ਮੇਰੇ ਬਾਪ ਨੇ ਵੀ ਆਪਣੀ ਸਾਰੀ ਜ਼ਿੰਦਗੀ ਲੋਕਾਂ ਵਾਸਤੇ, ਮਜ਼ਦੂਰਾਂ ਵਾਸਤੇ ਦੇ ਦਿੱਤੀ ਔਰ ਸੱਚ ਦੀ ਲੜਾਈ ਲੜੀ ਸੀਗੀ। ਸੋ ਸਭ ਤੋਂ ਪਹਿਲਾਂ ਹੁਣ ਮੈਂ ਟਿੱਕਰੀ ਬਾਰਡਰ ਤੋਂ ਆ ਰਹੀ ਹਾਂ। ਟਿੱਕਰੀ ਬਾਰਡਰ ਅੱਜ ਸਵੇਰੇ ਸਾਡੇ ਉੱਥੇ ਕਨਵਰ ਵੀਰ ਜੀ ਦੀ ਡੈਥ ਹੋ ਗਈ, ਉਹਨਾਂ ਨੇ ਆਪਣੇ ਆਪ ਨੂੰ ਫਾਂਸੀ ਦੇ ਦਿੱਤੀ। ਸੋ ਮੈਂ ਉਹਨਾਂ ਬਾਰੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਦੀਆਂ 3 ਧੀਆਂ ਆ ਜਿਹਦੇ ਵਿੱਚ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਹਜੇ, ਔਰ ਆਪਣੇ ਆਪ ਦੀ ਆਤਮ ਹੱਤਿਆ ਕਰਨੀ, ਪ੍ਰੈਸ਼ਰ ਦੇ ਵਿੱਚ ਆਉਣਾ ਔਰ ਆਪਣੇ ਆਪ ਨੂੰ ਮਾਰ ਲੈਣਾ ਇੱਕ ਬਹੁਤ ਵੱਡਾ ਗੁਨਾਹ ਆ, ਮੈਂ ਸੋਚਦੀ ਹਾਂ। ਕਿਉਂਕਿ ਇੱਕ ਬਾਪ ਤੋਂ ਬਿਨਾਂ ਧੀ ਅਧੂਰੀ ਹੁੰਦੀ ਆ। ਮੈਂ ਉਹ ਐਕਸਪੀਰੀਅੰਸ ਕੀਤਾ ਆਪਣੀ ਸਾਰੀ ਜ਼ਿੰਦਗੀ, ਕਿਉਂਕਿ ਜਦੋਂ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡਾ ਬਾਪ ਚਲੇ ਜਾਂਦਾ ਨਾ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਆ, ਸੋਸ਼ਲੀ ਵੀ ਫੇਸ ਕਰਨੀਆਂ ਪੈਂਦੀਆਂ ਆ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਸੀਂ ਨਾਲ ਖੜੇ ਹੋਵਾਂਗੇ, ਪਰ ਨਾਲ ਕੋਈ ਨਹੀਂ ਖੜੇ ਹੁੰਦਾ, ਤੁਹਾਨੂੰ ਖੁਦ ਨੂੰ ਐਕਸਪੀਰੀਅੰਸ ਕਰਕੇ ਖੁਦ ਆਪਣੀ ਲੜਾਈ ਲੜ ਕੇ ਅੱਗੇ ਨਿਕਲਣਾ ਪੈਂਦਾ ਆ। ਸੋ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਇਹੋ ਜਿਹਾ ਕਦਮ ਨਾ ਚੁੱਕੋ, ਕਿਉਂਕਿ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਔਰ ਪੀਸਫੁਲ ਪ੍ਰੋਟੈਸਟ ਇੱਥੇ ਕਰੀਏ। ਉਹਨਾਂ ਦਾ ਨਾਮ ਆ ਕਰਮਵੀਰ। ਸੋ ਮੈਂ ਆਪਣੇ ਪੁਆਇੰਟਸ ਲੈ ਕੇ ਆਈ ਸੀਗੀ, ਕਿਉਂਕਿ ਮੈਨੂੰ ਇੰਨਾ ਜ਼ਿਆਦਾ ਇੱਥੇ ਐਕਸਪੀਰੀਅੰਸ ਨਹੀਂ ਆ, ਮੈਨੂੰ ਯਾਦ ਨਹੀਂ ਰਹਿੰਦੀਆਂ ਕਈ ਗੱਲਾਂ। ਇੱਕ ਬੇਸਿਕਲੀ ਇਹੀ ਕਿ ਨੋਨ ਵਾਇਲੈਂਸ ਸਾਨੂੰ ਇੱਥੇ ਪ੍ਰੋਟੈਸਟ ਕਰਨਾ ਆ, ਪੀਸਫੁਲ ਪ੍ਰੋਟੈਸਟ ਕਰਨਾ ਆ, ਜੋ ਕਿ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਆ। ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਪਾਪਾ ਤੋਂ ਬਿਨਾਂ ਕੱਟੀ ਆ, ਔਰ ਨਾ ਤੁਹਾਡੇ ਚਾਚੇ ਤਾਏ ਖਲੋਂਦੇ ਆ, ਤੁਹਾਡੇ ਬੁਰੇ ਟਾਈਮ ਦੇ ਉੱਤੇ ਕੋਈ ਨਹੀਂ ਖਲੋਂਦਾ। ਇਕੱਲੇ ਆ ਕੇ ਤੁਸੀਂ ਆਪਣੀ ਲੜਾਈ ਲੜਦੇ ਹੋ, ਔਰ ਜੋ ਮੈਂ ਅੱਜ ਲੜ ਵੀ ਰਹੀ ਹਾਂ ਇੱਥੇ ਖਲੋ ਕੇ ਲੜ ਰਹੀ ਹਾਂ, ਬਹੁਤ ਸਾਰੀਆਂ ਗੱਲਾਂ ਮੈਨੂੰ ਸੁਣਨ ਲਈ ਮਿਲਦੀਆਂ ਨੇ। ਬਹੁਤ ਸਾਰੇ ਮੈਂ ਆਪਣਾ ਕੰਮ ਨਹੀਂ ਦੇਖਿਆ, ਮੈਨੂੰ ਕੰਮ ਜ਼ਿਆਦਾ ਮੈਟਰ ਨਹੀਂ ਕਰਦਾ ਸੀਗਾ। ਮੈਨੂੰ ਮੈਟਰ ਕਰਦਾ ਸੀਗਾ ਮੇਰੇ ਪਿਓ ਦੀ ਜਿਹੜੀ ਲੋਕ ਲੜਾਈ ਉਹਨੇ ਛੇੜੀ ਸੀਗੀ। ਮੈਨੂੰ ਲੱਗਦਾ ਸੀਗੀ ਕਿ ਅੱਜ ਮੇਰਾ ਉਹ ਧਰਮ ਆ, ਮੈਂ ਇੱਥੇ ਖਲੋ ਕੇ ਆਪਣੇ ਲੋਕਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਾਂ, ਆਪਣੇ ਕਿਸਾਨਾਂ ਵਾਸਤੇ। ਕਿਉਂਕਿ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹੀ ਸੀਗੀ ਕਿ ਜਿੰਨੇ ਵੀ ਮੈਂ ਇੱਕ ਪਿਓ ਨੂੰ ਨਹੀਂ ਦੇਖਿਆ, ਪਰ ਜਿੰਨੇ ਇੱਥੇ ਬਾਬੇ ਬੈਠੇ ਆ, ਮੈਂ ਉਹਨਾਂ ਸਾਰਿਆਂ ਦੇ ਵਿੱਚ ਆਪਣੇ ਪਿਓ ਨੂੰ ਦੇਖਦੀ ਹਾਂ। ਮੈਂ ਸਾਰਿਆਂ ਦੇ ਵਿੱਚ ਉਹਨਾਂ ਨੂੰ ਦੇਖਦੀ ਹਾਂ। ਇਹ ਮੇਰੀ ਇੱਕ ਪ੍ਰਿੰਸੀਪਲਸ ਅਤੇ ਜਿਹੜੀਆਂ ਵੈਲਿਊਸ ਮੇਰੇ ਪਾਪਾ ਨੇ ਮੈਨੂੰ ਇੱਕ ਚਿੱਠੀ ਦੇ ਵਿੱਚ ਦੇ ਦਿੱਤੀਆਂ ਸੀਗੀਆਂ, ਉਹ ਇਹੀ ਵੈਲਿਊ ਸੀਗੀਆਂ ਕਿ ਤੂੰ ਸਾਰਿਆਂ ਨੂੰ ਆਪਣਾ ਪਿਓ ਮੰਨਣਾ ਆ, ਤੂੰ ਸਾਰਿਆਂ ਨੂੰ ਆਪਣੀ ਮਾਂ ਮੰਨਣਾ ਆ, ਤੂੰ ਕਿਸੇ ਦੇ ਵਿੱਚ ਵਿਕਤਰਾ ਨਹੀਂ ਕਰਨਾ। ਇਸੇ ਕਰਕੇ ਮੈਂ ਉੱਥੇ ਮਾਈ ਭਾਗੋ ਨਿਵਾਸ ਵੀ ਟਿੱਕਰੀ ਬਾਰਡਰ ਦੇ ਉੱਤੇ ਬਣਾਇਆ ਸੀਗਾ। ਅਸੀਂ ਇਹ ਨਹੀਂ ਵੇਖਦੇ ਕਿਹੜੇ ਧਰਮ, ਕੌਣ ਉੱਥੇ ਆ ਰਿਹਾ, ਹਰਿਆਣੇ ਤੋਂ ਆ ਰਿਹਾ, ਪੰਜਾਬ ਤੋਂ ਆ ਰਿਹਾ, ਕੋਈ ਕੌਣ ਆ ਰਿਹਾ। ਮੈਂ ਇਹ ਨਹੀਂ ਸੋਚਦੀ, ਕਿਉਂਕਿ ਮੇਰੀ ਇਹ ਸੋਚ ਹੈ ਬਾਬੇ ਨਾਨਕ ਵਾਲੀ। ਮੈਂ ਕਹਿੰਦੀ ਹਾਂ ਬਾਬਾ ਨਾਨਕ, ਮੈਨੂੰ ਸਾਰੇ ਕਹਿੰਦੇ ਤੂੰ ਕਾਮਰੇਡ ਆ, ਤੂੰ ਕਾਮਰੇਡ ਦੀਆਂ ਗੱਲਾਂ ਕਰਦੀ ਆ, ਤੇਰਾ ਪਿਓ ਕਾਮਰੇਡ ਸੀਗਾ। ਮੈਨੂੰ ਬਹੁਤ ਸਾਰੀ ਪਿਛਲੇ ਦਿਨੀ ਨਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੋਕਾਂ ਨੇ ਕਹੀਆਂ, ਮੈਨੂੰ ਬਹੁਤ ਦੁੱਖ ਵੀ ਲੱਗਾ। ਮੈਨੂੰ ਇਹ ਲੱਗਾ ਵੀ ਮੈਂ ਆਪਣਾ ਘਰ ਬਾਰ ਸਭ ਕੁਛ, ਆਪਣਾ ਕਰੀਅਰ ਛੱਡਤਾ। ਤੁਸੀਂ ਦੇਖਿਆ ਹੋਣਾ ਮੈਂ ਪਹਿਲੇ ਦਿਨ ਤੋਂ ਇੱਥੇ ਬੈਠੀ ਹਾਂ, ਇੱਥੇ ਆਉਂਦੀ ਹਾਂ। ਮੈਂ ਆਪਣੀਆਂ ਫਿਲਮਾਂ ਵੱਲ ਨਹੀਂ, ਲੋਕ ਆਪਣੇ ਗਾਣੇ ਕਰ ਰਹੇ ਹੋਣਗੇ, ਫਿਲਮਾਂ ਕਰ ਰਹੇ ਹੋਣਗੇ, ਮੈਂ ਆਪਣਾ ਸਾਰਾ ਸਭ ਕੁਛ ਛੱਡ ਦਿੱਤਾ। ਮੈਨੂੰ ਇਹ ਸੀਗਾ ਮੈਂ ਇੱਥੇ ਆ ਕੇ ਸੇਵਾ ਕਰਨੀ ਆ, ਹੈ ਨਾ। ਮੈਂ ਨਾ ਵੇਖਿਆ
ਹਿੰਦੂ ਆ ਕੋਈ, ਨਾ ਮੈਂ ਵੇਖਿਆ ਕੋਈ ਮੁਸਲਿਮ ਆ, ਨਾ ਮੈਂ ਕੋਈ ਵੇਖਿਆ ਸਿੱਖ ਆ, ਹੈ ਨਾ। ਜੋ ਮੇਰੇ ਪਾਪਾ ਦੀ ਸੋਚ ਸੀਗੀ ਕਿ ਸਭ ਤੋਂ ਉੱਤੇ ਉੱਠ ਕੇ ਤੂੰ ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਕਰੀ, ਆਪਣੀ ਇਨਸਾਨੀਅਤ ਨੂੰ ਨਾ ਇਸ ਧਰਮਾਂ ਦੀ ਵੰਡੀਆਂ ਦੇ ਵਿੱਚ ਨਾ ਵੰਡ ਦੀ। ਜੋ ਸਾਡੇ ਇੱਕ ਬਾਬੇ ਨਾਨਕ ਦੀ ਵੀ ਸੋਚ ਸੀਗੀ, ਕਹਿੰਦੇ ਨਾ ਬਾਬੇ ਨਾਨਕ ਜੀ ਨੂੰ ਵੀ ਕਾਮਰੇਡ ਕਿਹਾ ਜਾਂਦਾ ਸੀਗਾ, ਏਕਮਕਾਰ ਸਤਨਾਮ ਕਰਤਾ ਪੁਰਖ। ਮੈਂ ਕਹਿੰਦੀ ਹਾਂ ਵੀ ਜੇ ਤੁਸੀਂ ਕਿਸੇ ਵਾਸਤੇ ਚੰਗੇ ਖਿਆਲ ਰੱਖਦੇ ਹੋ, ਚੰਗੀ ਸੋਚ ਰੱਖਦੇ ਹੋ। ਜਿਹੜੇ ਲੋਕ ਮੈਨੂੰ ਕਮੈਂਟ ਕਰਦੇ ਸੀਗੇ ਜੋ ਮੈਂ ਪਿਛਲੀ ਦਿਨੀ ਸੱਚ ਬੋਲਿਆ, ਮੇਰੇ ਉਹਦੇ ਪਿੱਛੇ ਵੀ ਸੱਚ ਬੋਲਣ ਦਾ ਵੀ ਇੱਕ ਕਾਰਨ ਸੀਗਾ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਜਿਵੇਂ ਮੈਂ ਆਪਣਾ ਪਿਓ ਤੋਂ ਬਿਨਾਂ ਆਪਣੀ ਸਾਰੀ ਜ਼ਿੰਦਗੀ ਕੱਟੀ ਹੈ, ਕੋਈ ਵੀ ਇੱਥੇ ਬੱਚਾ ਆਪਣੇ ਪਿਓ ਤੋਂ ਬਿਨਾਂ ਕੱਟੇ, ਕਿਉਂਕਿ ਇਹ ਸਾਡਾ ਪੀਸਫੁਲ ਪ੍ਰੋਟੈਸਟ ਹੈ ਔਰ ਅਸੀਂ ਪੀਸਫੁਲ ਤਰੀਕੇ ਦੇ ਨਾਲ ਚੱਲੀਏ। ਜੋ ਸਾਡੀ ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਹਮੇਸ਼ਾ ਸਟੇਜ ਦੇ ਉੱਤੋਂ ਇਹੀ ਹੱਥ ਜੋੜ ਕੇ ਬੇਨਤੀ ਕਰਦੀਆਂ ਨੇ ਕਿ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਚੱਲੋ, ਵਾਇਲੈਂਸ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਦਾ। ਅਸੀਂ ਦਿੱਲੀ ਜਾ ਕੇ ਦਿੱਲੀ ਜਿੱਤ ਕੇ ਕੀ ਕਰਨੀ ਹੈ? ਗੱਲ ਤਾਂ ਸਾਡੀ ਇੱਥੇ 3 ਬਿੱਲਾਂ ਦੀ ਹੋ ਰਹੀ ਹੈ, ਔਰ 3 ਬਿੱਲ ਕਿੱਥੋਂ ਵਾਪਸ ਹੋਣੇ ਆ? ਸੁਪਰੀਮ ਕੋਰਟ ਤੋਂ ਹੋਣੇ ਆ? ਉਹ ਤਾਂ ਸਾਡੀ ਜਿੱਤ, ਇੱਥੇ ਆਪਾਂ ਧਰਨਾ ਦਿੱਤਾ ਹੈ, ਉਹਨਾਂ ਦੇ ਉੱਤੇ ਪ੍ਰੈਸ਼ਰ ਪੈ ਰਿਹਾ, ਆਪਾਂ ਇੱਥੇ ਬਹਿ ਕੇ ਵੀ ਗੱਲ ਕਰਕੇ ਵੀ ਮੀਟਿੰਗਸ ਕਰਕੇ ਵੀ ਉਹ ਗੱਲ ਪੂਰੀ ਹੋ ਸਕਦੀ ਆ। ਹੁਣ ਸੋਚੋ ਜਿਹੜੇ ਸਾਡੇ ਕਿਸਾਨ ਭਰਾ ਜੇਲ੍ਹਾਂ ਦੇ ਅੰਦਰ ਇਸ ਟਾਈਮ 'ਤੇ ਬੈਠੇ ਆ, ਜਿਹੜੇ ਭਟਕ ਕੇ ਅੰਦਰ ਚਲੇ ਗਏ ਆ, ਉਹਨਾਂ ਦੀਆਂ ਫੈਮਿਲੀਜ਼ ਕਿੰਨੀਆਂ ਡਿਸਟਰਬਡ ਆ। ਕਈ ਮਾਵਾਂ ਮੈਂ ਉੱਥੇ ਦੇਖੀਆਂ ਟਿਕਰੀ ਬਾਰਡਰ ਦੇ ਉੱਤੇ ਰੋਂਦੀਆਂ ਹੋਈਆਂ ਆਈਆਂ ਕਿ ਸਾਡੇ ਬੱਚੇ ਲੱਭ ਨਹੀਂ ਰਹੇ, ਲਾਪਤਾ ਨੇ। ਫਿਰ ਬਹੁਤ ਦੁੱਖ ਹੁੰਦਾ ਆ, ਫਿਰ ਤੁਹਾਨੂੰ ਲੱਗਦਾ ਵੀ ਉਹ ਕਿਵੇਂ ਬਾਹਰ ਆਉਣਗੇ, ਹੈ ਨਾ। ਜੇ ਅਸੀਂ ਇਹੋ ਜਿਹਾ ਕੋਈ ਸਟੈਪ ਚੁੱਕਿਆ ਹੀ ਨਾ ਹੋਵੇ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਕੇ, ਕਿਉਂਕਿ ਅਸੀਂ ਆਪਾਂ ਇਹ ਜੰਗ ਜਿੱਤਣ ਵਾਸਤੇ, ਉਸ ਤਰੀਕੇ ਦੀ ਜੰਗ ਜਿੱਤਣ ਵਾਸਤੇ ਨਹੀਂ ਆਏ। ਇੱਥੇ ਤਾਂ ਸਾਡਾ ਇਹ ਲੋਕਤੰਤਰ ਆ, ਇੱਥੇ ਆਪਾਂ ਆਪਣਾ ਧਰਨਾ ਕਰ ਰਹੇ ਹਾਂ, ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਜੋ ਸਾਡੀਆਂ ਆਲ ਓਵਰ ਕੰਟਰੀਜ਼ ਦੇ ਵਿੱਚ ਸਾਰੇ ਸਾਡੀ ਸਲਾਖਾ ਕਰ ਰਹੇ ਆ ਕਿ ਇੱਥੇ ਇਹ ਕਿੰਨੀ ਪੀਸਫੁਲੀ ਬੈਠੇ ਆ। ਸਾਡੇ UNO ਦੇ ਵਿੱਚ ਵੀ ਉਹ ਪਟੀਸ਼ਨ ਭੇਜਣ ਦੀ ਗੱਲ ਕਰ ਰਹੇ ਸੀਗੇ, ਕਿਉਂਕਿ ਮੋਦੀ ਗਵਰਨਮੈਂਟ ਨਹੀਂ ਚਾਹੁੰਦੀ ਸੀ ਕਿ ਇਹ ਜਿਹੜਾ ਪ੍ਰੋਟੈਸਟ ਆ ਇਹ ਪੀਸਫੁਲ ਰਹੇ, ਇਹਨੂੰ ਆਪਾਂ ਧਰਮਜਾਤ ਦੇ ਉੱਤੇ ਵੰਡ ਦਈਏ, ਕਦੀ ਸਾਨੂੰ ਖਾਲਿਸਤਾਨੀ ਕਹਿੰਦੇ ਨੇ। ਹੁਣ ਮੈਂ ਪਿੱਛੇ ਜੇ ਆਈ ਥਿੰਕ ਕੱਲ੍ਹ ਦੀ ਗੱਲ ਹੈ, ਮੈਂ ਨਿਊਜ਼ ਨੇਸ਼ਨ ਵਾਲਿਆਂ ਨੇ ਮੈਨੂੰ ਸੱਦਿਆ ਸੀਗਾ ਲਾਈਵ ਡਿਸਕਸ਼ਨ ਦੇ ਵਿੱਚ, ਮੈਂ ਹੈਰਾਨ ਸੀਗੀ ਉਹਨਾਂ ਦੀਆਂ ਕਨਵਰਸੇਸ਼ਨਸ ਦੇਖ ਕੇ। ਕਹਿ ਰਹੇ ਨੇ ਵੀ ਇਹ ਜਿਹੜੇ ਇੱਥੇ ਧਰਨੇ ਦੇ ਬੈਠੇ, ਇਹਨਾਂ ਦਾ ਚਾਈਨਾ ਦੇ ਨਾਲ ਸੰਬੰਧ ਹੈ ਜੀ, ਇਹਨਾਂ ਦਾ ISI ਪਾਕਿਸਤਾਨ ਦੇ ਨਾਲ ਸੰਬੰਧ ਹੈ, ਇਹਨਾਂ ਨੂੰ ਉੱਥੋਂ ਪੈਸਾ ਆ ਰਿਹਾ। ਜੇ ਕਿਸੇ ਸਾਡੀ ਹਾਲੀਵੁੱਡ ਸਿੰਗਰ ਨੇ ਸਾਨੂੰ ਸਪੋਰਟ ਕਰਤਾ ਇੱਥੇ, ਉਹਨਾਂ ਨੂੰ ਕਹਿ ਰਹੇ ਨੇ ਵੀ ਉਹਨੂੰ ਵੀ ISI ਨੇ ਪਾਕਿਸਤਾਨ ਤੋਂ ਪੈਸਾ ਦਿੱਤਾ ਹੈ। ਦੇਖੋ ਇਹਨਾਂ ਦੀਆਂ ਗੱਲਾਂ ਕਿੱਥੋਂ ਤੱਕ ਪਹੁੰਚ ਚੁੱਕੀਆਂ ਹੈ ਸਾਡੇ ਧਰਨੇ ਨੂੰ ਖਰਾਬ ਕਰਨ ਦੀਆਂ। ਸੋ ਮੈਂ ਬੇਸਿਕਲੀ ਜੋ ਗੋਦੀ ਮੀਡੀਆ ਇਸ ਟਾਈਮ 'ਤੇ ਦਿਖਾ ਰਿਹਾ ਹੈ ਕਿ ਇਹਨਾਂ ਦੀ ਚਾਈਨਾ ਸਪੋਰਟ ਕਰ ਰਿਹਾ, ਮੈਨੂੰ ਕਿਹਾ, ਮੈਂ ਕਿਹਾ ਚਾਈਨਾ ਮੁਰਦਾਬਾਦ, ਸਾਨੂੰ ਕੀ ਲੈਣਾ ਦੇਣਾ ਚਾਈਨਾ ਦੇ ਨਾਲ? ਮੈਨੂੰ ਮੈਂ ਕਿਹਾ ਭਾਰਤ ਜ਼ਿੰਦਾਬਾਦ, ਅਸੀਂ ਇੰਡੀਅਨ ਹਾਂ, ਅਸੀਂ ਇੱਥੇ ਭਾਰਤ ਦੇ ਵਿੱਚ ਰਹਿੰਦੇ ਹਾਂ, ਸਾਡੇ ਸ਼ਹੀਦ ਆਦਮ ਭਗਤ ਸਿੰਘ ਨੇ ਇਹ ਝੰਡਾ ਸਾਨੂੰ ਦਿੱਤਾ ਸੀਗਾ, ਇਹਨਾਂ ਦੇ ਮੁਹਤਾਜ ਹਾਂ, ਆਪਾਂ ਆਪਣੇ ਇੰਡੀਅਨ ਫਲੈਗ ਦੀ ਰਿਸਪੈਕਟ ਕਰਦੇ ਹਾਂ, ਸਾਡੇ ਉਹ ਸਾਡੇ ਸਿੱਖ ਦੀ ਗੱਲ ਕਰਦੇ, ਸਿੱਖਿਜ਼ਮ ਕੌਮ ਦੇ ਵਿੱਚੋਂ ਹੀ ਯੋਧੇ ਸੀਗੇ ਭਗਤ ਸਿੰਘ, ਊਧਮ ਸਿੰਘ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸੀਗੀਆਂ ਉਸ ਫਲੈਗ ਵਾਸਤੇ। ਅੱਜ ਇਹ ਸਾਨੂੰ ਸਿਖਾਉਣਗੇ ਕਿ ਅਸੀਂ ਆਪਾਂ ਫਲੈਗ ਦੀ ਡਿਸਰਿਸਪੈਕਟ ਕੀਤੀ ਹੈ ਕਿ ਨਹੀਂ ਕੀਤੀ ਹੈ। ਮੈਂ ਸਾਫ਼ ਉੱਥੇ ਗੱਲ ਕਹੀ, ਜਿਹੜਾ ਸਾਡਾ ਕੇਸਰੀ ਰੰਗ ਹੈ ਸਭ ਤੋਂ ਉੱਤੇ ਝੰਡੇ ਦੇ ਵਿੱਚ, ਉਹ ਸਾਡੇ ਸਿੱਖਿਜ਼ਮ ਨੂੰ ਪ੍ਰਜੈਂਟ ਕਰਦਾ, ਗ੍ਰੀਨ ਰੰਗ ਸਾਡੀ ਕਿਸਾਨੀ ਨੂੰ ਪ੍ਰਜੈਂਟ ਕਰਦਾ। ਇਹ ਸਾਨੂੰ ਨਹੀਂ ਸਿਖਾਉਣ ਕਿ ਆਪਾਂ ਝੰਡੇ ਦੀ ਡਿਸਰਿਸਪੈਕਟ ਕੀਤੀ ਹੈ ਕਿ ਨਹੀਂ ਕੀਤੀ ਹੈ। ਬਸ ਹੱਥ ਜੋੜ ਕੇ ਬੇਨਤੀ ਇਹੀ ਹੈ ਸਾਰਿਆਂ ਦੇ ਅੱਗੇ ਕਿ ਸਾਡੇ ਕਿਸਾਨ ਜਥੇਬੰਦੀਆਂ ਵਾਲੇ ਲੀਡਰ ਜਿਹੜੇ ਆ ਨਾ, ਉਹ ਲੱਗੇ ਹੋਏ ਆ ਤੁਹਾਡੇ ਵਾਸਤੇ ਪੀਸਫੁਲ ਪ੍ਰੋਟੈਸਟ ਕਰਨ ਵਾਸਤੇ, ਪੀਸਫੁਲ ਪ੍ਰੋਟੈਸਟ ਕਰਨ ਵਾਸਤੇ। ਮੈਨੂੰ ਬਹੁਤ ਦੁੱਖ ਹੁੰਦਾ ਹੈ, ਮੈਂ ਨਹੀਂ ਚਾਹੁੰਦੀ ਕਿ ਮੇਰਾ ਕੋਈ ਵੀ ਭਰਾ ਉੱਥੇ ਜਾ ਕੇ ਕਿਸੇ ਦੇ ਨਾਲ ਵੀ ਕੋਈ ਮਿਸਹੈਪਨਿੰਗ ਹੋਵੇ, ਕੋਈ ਵੀ ਜੇਲ੍ਹ ਦੇ ਵਿੱਚ ਜਾਵੇ। ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਪੀਸਫੁਲ ਕਹਿੰਦੇ ਆ, ਉਸੇ ਤਰੀਕੇ ਨਾਲ ਚੱਲੋ, ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ, ਕੋਈ ਕਿਸੇ ਨੂੰ ਨਹੀਂ ਪੁੱਛਦਾ। ਅੱਜ ਤੁਹਾਨੂੰ ਕਹਿਣਗੇ ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ, ਕੋਈ ਨਹੀਂ ਖੜ੍ਹੇ ਹੁੰਦਾ, ਮੇਰਾ ਪਰਸਨਲ ਐਕਸਪੀਰੀਅੰਸ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।